ਆਇਆ ਨਾਲੇ ਪੁੱਛਣ ਆਇਆ ਵਤਨ ਕਿਹੜਾ ਹੈ ਬੀਬੀਆ ਦੀ ਵਤਨ ਦਾ ਨਾ ਪੁੱਛ ਧੀਆਂ ਰੋਲੋ ਇਸ ਲਈ ਅਦੇ ਕਹਿ ਦੇਣ ਮੇਰਾ ਹਾਂ ਵੀ ਲਾਂਦਾ ਮਿਲਣ ਆਈਆਂ ਜਲਦੀ ਦੱਸੋ ਤੁਹਾਡਾ ਵਤਨ ਕਿਹੜਾ ਹੈ ਬੀਬੀਆ ਦੀ ਅਜੇ ਨਮਸਤੀਆਂ ਤੁਹਾਡਾ ਤਾਂ ਮਦੀਨਾ ਆਈ ਲਫ਼ਜ਼ੇ ਮਦੀਨਾ ਆਇਆ ਹੈ ਇਹਦਾ ਕੁਰਸੀ ਤੋਂ ਜ਼ਮੀਨ ਤੇ ਆਈ ਹੈ ਅਦੇ ਕਹਿ ਦੇਣ ਬੀਬੀ ਮੈਨੂੰ ਮਾਫ਼ ਕਰ ਦੇਵੇ ਜਿਤਨੀ ਦੇ ਮੈਂ ਤੇਰੇ ਸਾਹਮਣੇ ਕੁਰਸੀ ਤੇ ਬੈਠੀ ਰਹੀ ਹਾਂ ਬੀਬੀਆ ਦੀ ਕੋਈ ਗੱਲ ਨਹੀਂ ਦੱਸਾ ਬਾਦਸ਼ਾਹ ਮਦੀਨੇ ਆਲਿਆਂ ਦਾ ਬੜਾ ਹਯਾ ਕਰਨੀਆ ਮੇਰੇ ਪੀਰ ਮਦੀਨੇ ਰਹਿੰਦੇ ਮੈਂ ਤੇਰੇ ਨਾਲ ਮਿੱਟੀ ਤੇ ਵਹਿ ਗਈਆਂ ਤੇਰੇ ਕੋਲ ਚੱਲ ਗੱਲਾਂ ਪੁੱਛਾਂ ਜਵਾਬ ਦੱਸੇ ਬੀਬੀਆ ਦੇ ਪੁੱਛ ਵਤਨ ਦਾ ਤੁਹਾਡਾ ਮਦੀਨਾ ਮਹੱਲਾ ਕਿਹੜਾ ਹੈ ਬੀਬੀਆ ਦੇ ਬਣੀ ਹਾਸ਼ਮ ਬਣੀ ਹਾਸ਼ਮ ਦਾ ਨਾਮ ਹਿੰਦਾ ਦੀ ਜਲਦੀ ਦੱਸ ਅਲੀ ਨੂੰ ਜਾਣਦੀ ਅਗਲਾ ਸਵਾਲ ਕੀਤਾ ਹੈ ਮੇਰੀ ਸੈਣ ਦੇ ਸਬਰ ਦੇ ਬਨ ਤੁੜ ਗਏ ਆਦਿ ਕਹਿ ਦੇ ਬੀਬੀ ਅਲੀ ਨੂੰ ਜਾਣਦੀ ਹੁਸੈਨ ਨੂੰ ਜਾਣਦੀ ਹੈ ਦੇ 70 ਕਦਮ ਦਾ ਫਾਸਲਾ ਹਾ ਜਿਸਮ ਕਮਦਾ ਆਦਿ ਕਹਿ ਦੇਣ ਬੀਬੀ ਅਲੀ ਨੂੰ ਜਾਣਦੀ ਹੁਸੈਨ ਨੂੰ ਜਾਣਦੀ ਵਾਸਤਾ ਇਸੇ ਹੁਸੈਨ ਦਾ ਐਸਤਾ ਐਸਤਾ ਦੱਸੇ ਮੇਰੀ ਸੈਨ ਨੂੰ ਜਾਣਦੀ ਬੀਬੀ ਅਲੀ ਹਿੰਦਾ ਆਪਣੀ ਸੈਨ ਮਿੱਟੀ
ਦੱਸਾ ਕਿੱਥਾਂ ਅੱਜ ਕੱਲ ਗਾਜ਼ੀ ਅੱਲਮਾਲ 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 ਮੈਂ ਨੌਕਰਾ ਬਿਸਮਿਲ੍ਲਾ ਬਿਸਮਿਲ੍ਲਾ ਮੈਂ ਨੌਕਰਾ ਭਲਾਉਣੇ ਹੈ ਕਰਨਾ ਲਿਆ ਸਰਦਾਰ ਮੇਰੀ ਨੌਕਰੀ ਹੈ ਆਦੀ ਹੋਰ ਕੁਛ ਨਹੀਂ ਪੁੱਛਦੀ ਜਲਦੀ ਦੱਸ ਕਿੱਥਾਂ ਅੱਜ ਕੱਲ ਗਾਜ਼ੀ ਹਾਏ ਵਸਦਾ ਹੈ ਸ਼ਹਿਰ ਦਾ ਨਾਂ ਲਸਾਏ ਮੈਂ ਵਜ ਕੇ ਤੁਹਾਡੀਆਂ ਕੈਦਾਂ ਦੀ ਉਹਨੂੰ ਦਿੰਦੀ ਹਾਂ ਮਰਹਬਾ ਮਰਹਬਾ ਮਿੰਬਰ ਥਾਈ ਛੋੜਾ ਹਾਂ ਸਾਲ ਦੀ ਮਿਹਨਤ ਮੇਰੇ ਭਾਈਆਂ ਦੀ ਇੱਕ ਮੈਂ ਹੋਰ ਕਰੇ ਨਾ ਹੱਥ ਨਾ ਜੁੜਾਏ ਮੇਰਾ ਚੰਨ ਹੱਥ ਮਾਤਾ ਵਾਸਤੇ ਮੇਰਾ ਵੈਣ ਸੁਣਾਏ ਰਮਣ ਵਾਲੇ ਆਜ਼ਾਦਾਰ ਅਮਰ ਲਿਖਾਏ ਉਜੜ ਗਈਏ ਹਿੰਦਾ ਚਾਦਰ ਲਾਈਏ ਸਿੱਧੀ ਦਰਬਾਰ ਚਾਈਏ ਜ਼ਾਲਿਮਾਂ ਦੇ ਮੇਰੀ ਗੈਰਾਂ ਤੋਂ ਕੇ ਬਗੈਰ ਚਾਦਰ ਦੇ ਬਾਹਰ ਆਈ ਹਿੰਦਾ ਦੀਏ ਵੇਲੇ ਫੈਰਾਤ ਹਾਇਓ ਕਿਨ ਗਈ ਆਈ ਓ ਜਦੋਂ ਬਾਬਾ।